वेलकम टू लेट्स टॉक। साड़ी हमेशा ही एक कोशिश रही है कि इस प्रोग्राम के जरिए वक-वक विषयों ते तुहाडे तक वध तो वध जानकारी पहुंचाई जाए। तो इसी सिलसिले दे विच पेश करते हाँ अज की पहली इंटरव्यू। प्यार इश्क मुहब्बत तो साड़ी कम्यूनिटी विच बहुत ज़्यादा हैगा आ, लेकिन असी एक गलों मार खा जाने हैं। असी अपने इमोशंस, अपने फीलिंग्स जिहड़े हैगे आ, इन्हां नूं असी बोल के कम्यूनिकेट नहीं करते। आओ अज इस बारे असी गल करिए मेरे एक फेवरेट वैंकूवर कपल दे नाल। लेट्स वेलकम डॉक्टर भुर्जी एंड गुरजिंदर कौर भुर्जी। वेलकम टू द शो। बहुत बहुत धन्यवाद मनदीप जी फॉर लेटिंग अस हियर। थैंक यू वेरी मच। नो प्रॉब्लम्स, माई प्लेजर। सो तुसी सानूं दस्सो, तुसी सोशल मीडिया विच काफ़ी एक्टिव आ, कम्यूनिटी विच काफ़ी एक्टिव आ, असी तुहाडियां यू नो लविंग पिक्चर्स हमेशा देखते हैं, टू ऑफ यू टूगैदर। सो यार तुसी सानूं दस्सो कि तुहाडी जिहड़ी इह लव स्टोरी आ, इह कित्थों शुरू होई सी? लव स्टोरी देखो, जिवें विआह तां साडा अरेंज मैरिज सी, इहदी ताए दी कुड़ी साडे ताए दे मुंडे नूं विआही सी, असीं जॉइंट फैमिली च रहिंदे सी बॉम्बे। सो आना जाना हैगा सी, फैमिली एक दूजे नूं जानदे सी। सो हौली हौली असी इस माहौल च पले सी भी साडा विआह पेरेंट्स, ग्रैंड पेरेंट्स और एल्डर्स डिसाइड कर सकते हैं। ਤੁਸੀਂ ਇਹਨਾਂ ਨੂੰ ਪਹਿਲਾਂ ਦੇਖਿਆ ਵੀ ਸੀ ਰਿਸ਼ਤਿਆਂ ਦੇ ਵਿੱਚ? ਨਹੀਂ, ਕਿਉਂਕਿ ਇਹ ਤਾਂ ਕੈਨੇਡਾ ਸੀ, ਅਸੀਂ ਬੰਬੇ ਸੀ, ਹੈ ਨਾ। ਸੋ ਇੱਥੇ ਫੋਟੋਜ਼ ਦੇਖੀਆਂ, ਫੋਟੋਜ਼ ਦੇਖੀ ਸੀ। ਸੋ ਇੱਥੇ ਜਿਵੇਂ ਵੀ ਸਕੂਲ ਸਿਸਟਮ 'ਚ ਇੱਥੇ ਵੱਡੀ ਹੋਈ ਸੀ, ਇੱਥੇ ਪੜ੍ਹ ਰਹੀ ਸੀ, ਬਟ ਫੋਟੋਜ਼ ਸੀ, ਡਿਸਕਸ਼ਨ ਹੁੰਦਾ ਸੀ। ਅਤੇ ਫਿਰ ਬਾਅਦ 'ਚੋਂ ਇਹ ਦਿੱਲੀ ਆ ਗਏ, ਆਪਣਾ ਬੋਰੀਆ ਬਿਸਤਰਾ ਚੱਕ ਕੇ ਸਾਰੀ ਫੈਮਿਲੀ, ਵੀ ਮੁੰਡਾ ਜਿਹੜਾ ਉਹਨੂੰ ਹੁਣ ਕਾਬੂ ਕਰ ਲਿਆ। ਮੁੰਡਾ ਬਹੁਤ ਵਧੀਆ ਮਿਲਿਆ। ਇਹ ਦੱਸਿਆ, ਮੈਂ ਤਿੰਨ ਫੋਟੋਆਂ ਦੇਖੀਆਂ ਸੀਗੀਆਂ, ਤਿੰਨੋਂ ਨੂੰ ਪਸੰਦ ਕਰਨਾ। ਸੋ ਇੱਕ ਫੋਟੋ ਤੋਂ ਪਹਿਲਾਂ ਜਦੋਂ ਸਭੇ ਨਹੀਂ ਆਇਆ, ਦੋ ਹੋਰ ਮੰਗਾਈਆਂ ਫਿਰ? ਨੋ ਨੋ ਨੋ, ਤਿੰਨ ਡਿਫਰੈਂਟ ਸੀ, ਡਿਫਰੈਂਟ ਡਿਫਰੈਂਟ, ਇੰਗਲੈਂਡ, ਅਫਰੀਕਾ ਤੇ ਇੰਡੀਆ ਵਾਲਾ। ਹਾਂ, ਮੇਰਾ ਤਾਂ 33% ਜੈਸੇ ਦਾ। ਓਕੇ, ਮੈਂ ਸੋਚਿਆ ਸ਼ਾਇਦ ਸੀ ਇਹਨਾਂ ਦੀ ਪਸੰਦ। ਜਿੱਦਾਂ ਇਹਨਾਂ ਦੀ ਫੈਮਿਲੀ ਜਿਹੜੀ ਦਿੱਲੀ, ਅਸੀਂ ਬਹੁਤ ਜਾਣਦੇ ਸੀ, ਔਰ ਕੈਨੇਡਾ 'ਚ ਰਹਿ ਕੇ ਇਹਨਾਂ ਦੇ ਜਿਹੜੇ ਸੰਸਕਾਰ ਹੈਗੇ ਆ, ਸਿੱਖੀ ਪ੍ਰਤੀ ਜਿਹੜੇ ਵੈਲਿਊ ਸਿਸਟਮ ਬੜੇ ਬਰਕਰਾਰ ਸੀ, ਔਰ ਪੰਜਾਬੀਅਤ, ਗੁਰਬਾਣੀ ਕੀਰਤਨ, ਔਰ ਇੱਕ ਛੋਟੀ ਜਿਹੀ ਫੈਮਿਲੀ, ਔਰ ਸਿੱਖੀ ਸਰੂਪ 'ਚ ਇਹਦੇ ਬ੍ਰਦਰ ਵੀ, ਇਹਦੇ ਡੈਡੀ ਵੀ। ਸੋ ਉਹ ਸਾਡੀ ਫੈਮਿਲੀ ਨੂੰ ਬਹੁਤ ਜ਼ਰੂਰੀ ਸੀ ਵੀ ਜਿਹੜੀ ਹੈਗੀ ਵੈਲਿਊ ਸਿਸਟਮ ਬਰਕਰਾਰ ਰਹੇ। ਔਰ ਜਦ ਮੈਂ ਪਹਿਲੀ ਵਾਰੀ ਉਹਨੂੰ ਦੇਖਿਆ ਤਾਂ ਮੈਨੂੰ ਥੋੜ੍ਹੀ ਜਿਹੀ ਜਿਵੇਂ, ਕਿਉਂਕਿ ਮੈਂ ਮਤਲਬ ਕਹਿ ਲਓ ਇਹ ਸਮਰ 'ਚ ਆਇਆ ਸੀ ਉੱਥੇ, ਹੈ ਨਾ, ਵਿਆਹ ਵੀ ਸਾਡਾ ਅਗਸਤ 'ਚ ਹੋਇਆ, ਅਤੇ ਬਾਈਸਾਈਕਲ 'ਤੇ ਰਾਈਡ ਕਰਦੀ ਕਰਦੀ ਜਿਵੇਂ ਸੁਪਰ ਟੈਨਿੰਗ ਹੋ ਗਈ ਸੀ। ਸੋ ਮੈਂ ਕਿਹਾ ਵੀ ਕੈਨੇਡਾ 'ਤੇ ਤਾਂ ਗੋਰੇ ਰਹਿੰਦੇ ਆ, ਟੈਨ ਇਨਸਾਨ ਕਿੱਥੋਂ ਆ? ਬਟ ਫਿਰ ਜਦੋਂ ਗੱਲਬਾਤ ਕੀਤੀ ਉਦੋਂ ਪਤਾ ਲੱਗਾ ਵੀ ਨਿਮਰਤਾ, ਸ਼ਰਧਾ, ਭਾਵਨਾ ਔਰ ਜਿਹੜੀ ਰਿਸਪੈਕਟ ਆ ਬਹੁਤ ਜ਼ਿਆਦਾ ਅਸੀਂ ਦੇਖੀ। ਔਰ ਮੇਰੀ ਗ੍ਰੈਂਡ ਮਦਰ, ਜਿਹਦੇ ਨਾਲ ਮੈਂ ਬਹੁਤ ਕਲੋਜ਼ ਸੀ, ਮੇਰੀ ਮਦਰ ਨਾਲ ਵੀ, ਗ੍ਰੈਂਡ ਮਦਰ, ਉਹ ਕਹਿੰਦੀ ਵੀ ਪਰਫੈਕਟ ਵੀ, ਹਾਂ। ਸੋ ਬਜ਼ੁਰਗਾਂ ਦੀ ਸਲਾਹ ਦੇ ਨਾਲ ਮੈਂ ਸਟੈਪ ਲਿੱਤਾ ਔਰ 100% ਸਹੀ ਸੀ ਉਹਨਾਂ ਦੀ ਜਿਹੜੀ ਸੋਚ। ਸੋ ਇਸ ਤਰ੍ਹਾਂ ਤੁਹਾਡੀ ਲਵ ਸਟੋਰੀ ਸ਼ੁਰੂ ਹੋਈ ਕਿ ਪਹਿਲਾਂ ਅਰੇਂਜ ਮੈਰਿਜ, ਸੋ ਗੇਟ ਮੈਰਿਡ ਫਰਸਟ, ਫਾਲ ਇਨ ਲਵ ਆਫਟਰ? ਜੀ ਜੀ, ਬਿਲਕੁਲ। ਤੇ ਇਹ ਸਿਸਟਮ ਵਰਕਸ, ਕਿਉਂਕਿ ਆਈ ਵਰਕਡ ਫॉर ਮਾਈ ਪੇਰੈਂਟਸ। ਤੁਹਾਡੀ ਵੀ ਆਬਵੀਅਸਲੀ, ਹੁਣ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ? ਸਾਨੂੰ 30 ਸਾਲ ਹੋ ਜਾਣੇ ਅਗਸਤ 16th। 30 years, 30 years with the arranged marriage, that's amazing. So ਤੁਹਾਡੀ ਸੀਕਰਟ, ਜਿਹਦੀ ਯੂ ਨੋ ਗੁਰਜਿੰਦਰ ਜੀ ਤੁਸੀਂ ਸਾਨੂੰ ਦੱਸ ਸਕਦੇ ਆ ਕਿ ਤੁਹਾਡੀ ਜੀ ਇੱਕ ਸੀਕਰਟ ਸਪੈਸ਼ਲ ਰੈਸਿਪੀ ਆ ਫੋਰ ਅ ਗੁੱਡ ਰਿਲੇਸ਼ਨਸ਼ਿਪ, ਕਿ ਤੁਹਾਡੇ ਦੋਨਾਂ ਦੀ ਆਪਸ ਵਿੱਚ ਕੀ ਆ ਤੁਹਾਡੀ ਸੀਕਰਟ? ਵਟ ਕੀਪਸ ਦ ਟੂ ਆਫ ਯੂ ਟੁਗੈਦਰ ਐਂਡ ਸੋ ਲਵਿੰਗ? 30 ਸਾਲਾਂ ਬਾਅਦ ਵਿੱਚ ਵੀ ਤੁਹਾਡਾ ਪਿਆਰ ਇੰਨਾ ਯੂ ਨੋ ਹੈਗਾ ਆ, ਲਾਈਕ ਮੋਸਟਲੀ ਇਹ ਹੈਗਾ ਕਮਿਊਨੀਕੇਸ਼ਨ, ਰਾਈਟ, ਕਿ ਗੱਲਬਾਤ ਫਿਰ ਹੁਣ ਵੀ, ਹੁਣ ਇੰਨੇ ਚਿਰਾਂ ਬਾਅਦ ਵੀ ਸਾਡਾ ਅੱਧਾ ਘੰਟਾ ਬਿਫੋਰ ਹੀ ਗੋਸ ਟੂ ਵਰਕ, ਸਵੇਰੇ ਜਾਣ ਤੋਂ ਪਹਿਲੇ ਇਕੱਠੇ ਅਸੀਂ ਜੋ ਵੀ ਗੱਲਬਾਤ ਕਰਨੀ ਹੈ, ਸ਼ਾਮ ਨੂੰ ਆਉਣਾ, ਫਿਰ ਹਾਫ ਆਵਰ। ਨਿਆਣਿਆਂ ਨੂੰ ਵੀ ਪਤਾ, ਡੋਂਟ ਡਿਸਟਰਬ ਦਮ, ਦੇਅਰ ਇਨ ਅ ਮੀਟਿੰਗ। ਸੋ ਕਮਿਊਨੀਕੇਸ਼ਨ ਅੱਜ ਕੱਲ੍ਹ ਯੂ ਨੋ ਇਸ ਬਹੁਤ ਜ਼ਰੂਰੀ ਹੈਗਾ, ਕਿ ਜੇ ਤੁਸੀਂ ਯੂ ਨੋ ਗੱਲ ਨਾ ਕਰੋਗੇ, ਰਾਈਟ, ਉਹ ਫਿਰ ਤੁਸੀਂ ਆਪਣੇ ਯੂ ਨੋ ਜੋ ਵੀ ਇਮੋਸ਼ਨਸ ਵਗੈਰਾ ਐਕਸਪ੍ਰੈਸ ਨਹੀਂ ਕਰ ਸਕਦੇ, ਰਾਈਟ? ਜਦੋਂ ਤੁਸੀਂ ਇਹ ਕਮਿਊਨੀਕੇਸ਼ਨ ਤੁਹਾਡੀਆਂ ਮੀਟਿੰਗਸ ਹੁੰਦੀਆਂ, ਹਾਂਜੀ, ਦੈਨ ਵਟ
what do you guys talk about? Ke din vich ki hoya, how was your day, how was your day, that kind of thing? Morning usually hunda hai ki sara din da ki, because our life socially kafi busy hai, because other plans are different hunde mere hunde, so kithe milna ki kadi kadi do do gaddiyan laike jana panda, right? So morning's discussion ehi hunda ki ki plan hai for the day, right? Evening jadon kam to aana ਇਹਨਾਂ ਨੇ ਆਪਣਾ ਵੈਂਟੀਲੇਟ ਕਰਨਾ ਹੁੰਦਾ ਕਿ ਆ ਸਾਰਾ ਦਿਨ ਹੋਇਆ ਮੇਰੇ ਨਾਲ, ਸੋ ਉਹ ਮੈਂ ਸੁਣਦੀ ਰਹਿੰਦੀ ਹਾਂ, ਰਾਈਟ? ਸੋ ਇਟਸ ਜਸਟ ਵੈਂਟੀਲੇਸ਼ਨ ਫੋਰ ਹਿਮ ਟੂ, ਹੈ ਨਾ? ਅਤੇ ਉਹ ਫਿਰ ਇਹਨਾਂ ਵਾਸਤੇ ਜ਼ਰੂਰੀ ਹੈ ਕਿ ਕਿਸੇ ਨਾਲ ਗੱਲਬਾਤ ਕਰਕੇ ਸਾਰਾ ਦੱਸਣ, ਰਾਈਟ? ਸੋ ਉਹਦੇ ਕਰਕੇ ਅਸੀਂ ਫਿਰ ਅਗਲੇ ਦਿਨ ਦਾ ਜੋ ਵੀ ਯੂ ਨੋ, ਫਿਰ ਬਾਅਦ 'ਚ ਨਿਆਣੇ ਵਿੱਚ ਜੁਆਇਨ ਕਰ ਲੈਂਦੇ ਆ, ਦੇ ਵਾਂਟ ਟੂ ਬੀ ਵਿਦ ਅਸ ਐਸ ਵੈਲ, ਬਟ ਇਟਸ ਟੂ ਆਫ ਅਸ ਟਾਈਮ. ਸੋ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ. ਲੇਕਿਨ ਡਾਕਟਰ ਸਾਹਿਬ, ਜਦੋਂ ਹੁਣ ਯੂ ਨੋ, ਜਦੋਂ ਮੈਰਿਜ ਦੇ ਵਿੱਚ ਤੁਸੀਂ ਹੁਣ ਮੈਰਿਜ ਵਿੱਚੋਂ ਲੰਘ ਰਹੇ ਹਾਂ 30 years, ਰਾਈਟ? ਯੂ ਨੋ, ਅਪਸ ਐਂਡ ਡਾਊਨਸ ਵੀ ਬਹੁਤ ਹੁੰਦੇ ਆ. ਹਾਂਜੀ, ਬਿਲਕੁਲ. ਐਂਡ ਯੂ ਨੋ, ਆਈ ਨੋ ਮੇਰੀ ਮੰਮੀ ਜੀ ਕਈ ਵਾਰੀ ਕਹਿੰਦੇ ਆ ਕਿ ਅੱਜ ਦੀ ਜਿਹੜੀ ਜਨਰੇਸ਼ਨ ਆ, ਤੁਸੀਂ ਸਮਝੌਤਾ ਨਹੀਂ, ਕੰਪਰੋਮਾਈਜ਼ ਵਿੱਚ ਤੁਸੀਂ ਮਾਰ ਖਾਂਦੇ, ਤੁਸੀਂ ਕੰਪਰੋਮਾਈਜ਼ ਨਹੀਂ ਕਰਦੇ. ਪਰ ਤੁਹਾਡੇ ਹਿਸਾਬ ਨਾਲ ਜਦੋਂ ਤੁਹਾਡੇ ਆਪਣੇ ਮੈਰਿਜ ਦੇ ਵਿੱਚ ਅਪਸ ਐਂਡ ਡਾਊਨਸ ਹੁੰਦੀਆਂ, ਨੋ ਰਿਲੇਸ਼ਨਸ਼ਿਪ ਇਜ਼ ਪਰਫੈਕਟ, ਰਾਈਟ? ਤੁਸੀਂ ਕਿਸ ਤਰ੍ਹਾਂ ਡੀਲ ਕਰਦੇ ਆ ਦ ਟੂ ਆਫ ਯੂ? ਹਾਂਜੀ, ਇਹਦੇ ਵਿੱਚ ਇੱਦਾਂ ਨਾ, ਜਿੱਦਾਂ ਬੜੇ ਛੋਟੇਪਨ ਤੋਂ ਸਾਨੂੰ ਸਿਖਾਇਆ ਗਿਆ ਸੀ ਵੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਲਾਵਾਂ ਜਿਹੜੀ ਉਚਾਰਨ ਕੀਤੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 773 'ਚ, ਵੀ ਉਹਦਾ ਮੀਨਿੰਗ ਕੀ ਹੈ, ਉਹਦਾ ਸਿਧਾਂਤ ਕੀ ਆ. ਸੋ ਅਸੀਂ ਘਰ ਮਹਾਰਾਜ ਦਾ ਪ੍ਰਕਾਸ਼ ਹੈਗਾ, ਸੋ ਵੀ ਅਪਰੋਟ ਗੁਰੂ ਇੰਟੂ ਅਵਰ ਲਾਈਫ. ਸੋ ਹਰ ਪਹਿਲਰੀ ਰਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਵੀ ਡਿਊਟੀਜ਼ ਕੀ ਹੈਗੀਆਂ, ਅਸੀਂ ਡਿਊਟੀਜ਼ ਇੱਕਦਮ ਈਜ਼ਲੀ ਵੰਡੀਆਂ ਹੋਈਆਂ, ਕੋਈ ਕੌਨਫਲਿਕਟ ਨਹੀਂ ਪੈਂਦਾ. ਫਿਰ ਹਰ ਦੂਜਰੀ ਲਾਂ ਸਤਿਗੁਰ ਪੁਰਖ ਮਿਲਾ, ਸੋ ਵੀ ਅਪਰੋਟ ਗੁਰੂ ਇਨ ਅਵਰ ਮੈਰਿਜ. ਤੀਜਾ, ਮਨ ਚਾਓ ਪਿਆ ਬੈਰਾਗਿਆ, ਵੀ ਡਿਵਾਈਨ ਲਵ. ਡਿਵਾਈਨ ਲਵ ਕ੍ਰੀਏਟ ਕਰਨ ਵਾਸਤੇ ਤੁਹਾਨੂੰ ਹਿਊਮਨ ਲਵ ਦੀ ਐਕਸਪੀਰੀਅੰਸ ਵੀ ਚਾਹੀਦੀ ਆ. ਸੋ ਜਿਹੜੀ ਭਾਵਨਾ, ਇਮੋਸ਼ਨ, ਤੁਹਾਨੂੰ ਉਹਦੀ ਨੌਲੇਜ ਹੋਣੀ ਚਾਹੀਦੀ. ਫਿਰ ਹਰ ਚੌਥਰੀ ਲਾਮ ਪ੍ਰਪਾਇਆ ਬਿਨਾਸੀ. ਸੋ ਜਿੱਦਾਂ ਗੁਰੂ ਅਮਰਦਾਸ ਜੀ ਕਹਿੰਦੇ ਆ ਵੀ ਤਨ ਪਿਰ ਕਹੀਏ ਨਾਨਕਾ ਬੈਨ ਇਕੱਠੇ ਦੋਏ, ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਏ ਸੋਏ. ਅਗਰ ਮੈਂ ਸਟਿੱਚ ਕਰ ਲਵਾਂ ਇਹਦੀ ਬਾਂਹ ਮੇਰੇ ਨਾਲ, ਹੈ ਨਾ, ਉਹ ਸਟਿਚਿੰਗ ਜਿਹੜੀ ਹੈਗੀ ਆ ਉਹ ਰਹੇਗੀ ਨਹੀਂ ਸੋਲਿਡ ਫੋਰ ਲੋਂਗ ਟਾਈਮ, ਉਹ ਨਿਕਲ ਜਾਏਗੀ, ਕਿਉਂਕਿ ਦੋ ਡਿਸਟਿੰਕਟ ਬੋਡੀਜ਼ ਰਹਿਣਗੀਆਂ. ਜਦੋਂ ਬੋਡੀਜ਼ ਮੀਟ ਹੋਣਗੀਆਂ, ਇੱਕ ਅੱਛੀ ਚੀਜ਼ ਪੈਦਾ ਹੋਏਗੀ ਜਿਹਨੂੰ ਔਲਾਦ ਕਹਿੰਦੇ ਆ. ਸਾਡੇ ਚਾਰ ਬੱਚੇ ਹੈਗੇ, ਲੇਕਿਨ ਜਦੋਂ ਮਾਇੰਡ ਮੀਟ ਹੁੰਦੇ ਆ, ਜਦੋਂ ਸੋਲ ਮੀਟ ਹੁੰਦੀ ਆ, ਉਦੋਂ ਜਿਹੜਾ ਹੈਗਾ ਇੱਕ ਕੁਰਬਾਨੀ ਵਾਲਾ ਮੁਹੱਬਤ ਔਰ ਇਸ਼ਕ ਦੀ ਜਿਹੜੀ ਮੰਜ਼ਿਲ ਸ਼ੁਰੂ ਹੁੰਦੀ ਆ. ਔਰ ਮੈਂ ਹਮੇਸ਼ਾ ਇਹ ਕਹਿੰਦਾ ਵੀ ਜਿਹੜਾ ਤੁਹਾਡਾ ਪਾਰਟਨਰ ਆ, ਉਹਦੇ 'ਚ ਤੁਸੀਂ ਸਭ ਤੋਂ ਜ਼ਿਆਦਾ ਇਨਵੈਸਟ ਕਰੋ. ਤੁਸੀਂ ਪ੍ਰੋਪਰਟੀਆਂ 'ਚ ਇਨਵੈਸਟ ਕਰਦੇ, ਹੋਰ ਚੀਜ਼ਾਂ 'ਚ ਇਨਵੈਸਟ ਕਰਦੇ, ਪੜ੍ਹਾਈ 'ਚ, ਬਟ ਤੁਹਾਡਾ ਜਿਹੜਾ ਸਪਾਊਸ ਹੈ ਉਸ 'ਚ ਸਭ ਤੋਂ ਜ਼ਿਆਦਾ ਇਨਵੈਸਟ ਕਰੋ. ਔਰ ਸਪਾਊਸ ਨੂੰ ਹੀ ਆਪਣਾ ਰੂਪ ਦੇਖੋ. ਆਪਣੇ ਆਪ ਦੇ ਨਾਲ ਕਦੀ ਕਿਸੇ ਨੂੰ ਕੌਨਫਲਿਕਟ ਨਹੀਂ ਹੁੰਦੇ. ਜਦ ਤੁਸੀਂ ਆਪਣੇ ਸਪਾਊਸ, ਆਪਣੇ ਮਦ, ਜੋ ਵੀ ਤੁਹਾਡੇ ਵਾਈਫ ਹੈਗੀ ਹੈ, ਵਾਈਫ ਦਾ ਹਸਬੈਂਡ ਹੈਗਾ, ਉਹ 'ਚ ਤੁਸੀਂ ਆਪਣੇ ਆਪ ਨੂੰ ਦੇਖਦੇ ਆ, ਫਿਰ ਤੁਹਾਡਾ ਜਿਹੜਾ ਹੈਗਾ ਕੌਨਫਲਿਕਟ ਨਿਕਲ ਜਾਂਦਾ. ਸੋ ਪਹਿਲਾਂ ਹੈਗਾ ਟਰੱਸਟ, ਫਿਰ ਹੈਗਾ ਕਮਿਊਨੀਕੇਸ਼ਨ, ਫਿਰ ਹੈਗਾ ਬ੍ਰਿੰਗਿੰਗ ਡਾਊਨ ਦਾ ਕੌਨਫਲਿਕਟ ਡਾਊਨ ਟੂ ਜ਼ੀਰੋ. ਇਹ ਬਹੁਤ ਵਧੀਆ ਤੁਸੀਂ ਕਿਹਾ. ਜਸਟ ਬਿਫੋਰ ਅਸੀਂ ਹੁਣ ਛੋਟੀ ਜਿਹੀ ਬ੍ਰੇਕ ਲੈਣੀ ਆ, ਉਸ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਬਹੁਤ ਵਧੀਆ ਕਿ ਚਾਰ ਲਾਵਾਂ ਦਾ ਤੁਸੀਂ ਰੀਸਾਈਟੇਸ਼ਨ ਕੀਤੀ ਆ, ਕਿਉਂਕਿ ਆਈ ਟੈਲ ਮਾਈ ਫਰੈਂਡਸ, ਜਦੋਂ ਮੇਰਾ ਵੀ ਵਿਆਹ ਹੋਇਆ ਸੀ, ਮੈਂ ਆਈ ਟੋਲਡ ਮਾਈ ਹਸਬੈਂਡ, ਆਈ ਸੈਡ ਯੂ ਨੋ ਵਾਟ, ਆਹ ਚਾਰ ਲਾਵਾਂ ਦਾ ਮਤਲਬ ਆ, ਗੋ ਹੋਮ ਸਟੱਡੀ ਦਿਸ. ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਮਤਲਬ ਕੀ ਆ ਐਂਡ ਵਾਟ ਯੂਅਰ ਐਂਟਰਿੰਗ ਇਨ ਟੂ, ਦੈਨ ਆਈ ਵਾਂਟ ਟੂ ਗੈਟ ਮੈਰਿਡ ਟੂ ਯੂ. ਐਂਡ ਆਈ ਥਿੰਕ ਕਿ ਤੁਸੀਂ ਇੰਨਾ ਵਧੀਆ ਇਹ ਕਿਹਾ, ਐਂਡ ਯੂ ਐਕਸਪਲੇਨਡ ਇਟ ਸੋ ਵੈਲ ਆਪਣੇ ਓਨ ਰੀਅਲ ਲਾਈਫ ਐਗਜ਼ਾਮਪਲ ਦੇ ਰਾਹੀਂ, ਕਿ ਮੇਰੀ ਇਹੀ ਹੋਪ ਆ ਕਿ ਜਿਹੜੇ ਹੋਰ ਵੀ ਕਪਲਸ ਆ, ਉਹ ਵੀ ਯੂ ਨੋ ਸ਼੍ਰੀ ਗੁਰੂ ਮਹਾਰਾਜ ਦੇ ਮੂਹਰੇ ਜਦੋਂ ਲਾਵਾਂ ਕਰਨ ਤੋਂ ਪਹਿਲਾਂ ਮਤਲਬ ਦੇਖ ਕੇ, ਸਮਝ ਕੇ, ਯੂ ਨੋ, put it in their soul before they get married. Absolutely. Haan ji. Mm-hmm. So we're going to take a short break. Asi nikki ji break ke baad phir wapas aane hain. Ki tusi karze de bojh heth dabbe ho, samajh nahi aunda ki karo? Financial problems todi family life de utte maada asar pa sakdiyan han. Je tusi is mushkil ch ho, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ. ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਕਢਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ. ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ. 1-866-790-8984 Business Solutions, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ. Welcome back to Let's Talk. So sadi gal baat ho rahi si is to pehla ki tuhadi love story kitho shuru hoi, marriages de vich ups and downs vich kis tarah deal karna chahida hai. So the next big, you know, jehdi mere ko ajj tuhade layi sawal hega hai ki, you know, sadi community de jis tarah main pehla keha si, assi pyar te ik dooje nu bahut karde ha, lekin assi muh to bol ke nahi sunande. Hun je tusi dekho different cultures nu, you know, in the morning the apne spouse to kehnde ki I love you, apne bachcha nu kehnde I love you.
ਅਸੀਂ ਇਹਨਾਂ 3 ਲਫ਼ਜ਼ਾਂ ਤੋਂ ਬਹੁਤ ਡਰਦੇ ਹਾਂ ਕਿਉਂਕਿ ਸਾਡੀ ਫੌਲਟ ਨਹੀਂ ਹੈਗੀ ਕਲਚਰਲੀ ਵੀ ਵਰ ਨੈਵਰ ਟ੍ਰੇਨ ਸਾਡੇ ਕਲਚਰ ਦੇ ਵਿੱਚ ਕਿ ਅਸੀਂ ਬੋਲ ਕੇ ਆਪਣੇ ਇਮੋਸ਼ਨਸ ਆਪਣੇ ਫੀਲਿੰਗਸ ਨੂੰ ਐਕਸਪ੍ਰੈਸ ਕਰਨਾ ਆ ਸੋ ਤੁਹਾਡੇ ਹਿਸਾਬ ਦੇ ਨਾਲ ਯੂ ਨੋ ਆਈ ਨੋ ਹੁਣ ਗੁਰਜਿੰਦਰ ਜੀ ਨੂੰ ਪਤਾ ਕਿ ਤੁਸੀਂ ਇਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਲੇਕਿਨ ਜਦੋਂ ਤੁਸੀਂ ਬੋਲ ਕੇ ਕਹਿੰਦੇ ਹਾਂ ਕਿ ਗੁਰਜਿੰਦਰ ਆਈ ਲਵ ਯੂ ਵੈਨ ਯੂ ਟੈਲ ਯੂਰ ਕਿਡਸ ਬੇਟਾ ਆਈ ਲਵ ਯੂ ਇਹਦੇ ਉੱਪਰ ਡਿਫਰੈਂਟ ਅਸਰ ਪੈਂਦਾ ਆ ਰਾਈਟ ਸੋ ਵਟ ਆਰ ਯੂਰ ਥਾਟਸ ਹਾਂਜੀ ਬਿਲਕੁਲ ਸਹੀ ਗੱਲ ਹੈ ਮਨਦੀਪ ਜੀ ਕਿਉਂਕਿ ਅਗਰ ਆਪਾਂ ਰੋਜ਼ ਇਜ਼ਹਾਰ ਕਰੀਏ ਸਾਡੀ ਫੀਲਿੰਗਸ ਦਾ ਉਹਦੇ ਨਾਲ ਇਹ ਆ ਵੀ ਜਿਹੜਾ ਸਾਡਾ ਮਾਇੰਡ ਆ ਔਰ ਸਾਡਾ ਬ੍ਰੇਨ ਆ ਉਹ ਗੁੱਡ ਕੈਮੀਕਲ ਸੈਕ੍ਰੀਟ ਕਰਦਾ ਸੈਰੋਟੋਨਿਨ ਅਤੇ ਡੋਪਾਮਾਈਨ ਉਹਦੇ ਨਾਲ ਤੁਹਾਡੀ ਕਲੋਜ਼ਨੈਸ ਹੋਰ ਆਉਂਦੀ ਆ ਔਰ ਉਹਦੇ ਨਾਲ ਨਾਲ ਥੋੜ੍ਹਾ ਅਗਰ ਹੱਗ ਕਰੀਏ ਤਾਂ ਆਕਸੀਟੋਸਿਨ ਰਿਲੀਜ਼ ਹੁੰਦਾ ਔਰ ਆਕਸੀਟੋਸਿਨ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਹੋਰ ਬਾਈਂਡ ਹੁੰਦਾ ਸਰੇ ਮੇਰੇ ਮਗਰ ਮਗਰ ਘੁੰਮਣ ਗਏ ਐਨੀ ਰਹਾ ਮੈਂ ਦੌੜਨਾ ਮੈਡੀਕਲ ਥੈਰੇਪੀ ਆ ਸੋ ਮੈਂ ਤਾਂ ਮੈਡੀਕਲ ਐਸਪੈਕਟ ਤੋਂ ਬੋਲਦਾ ਦੂਜਾ ਨਾ ਇਹ ਕੰਡੀਸ਼ਨਿੰਗ ਹੁੰਦੀ ਆ ਮੈਂ ਬੰਬੇ 'ਚ ਗਰੋਅਪ ਹੋਇਆ ਮੇਰੇ ਫਾਦਰ ਜਿਹੜੇ ਹੈਗੇ ਮੇਰੀ ਮਦਰ ਦਾ ਨਾਂ ਚਰਨਜੀਤ ਹੈਗਾ ਫਾਦਰ ਤਾਂ ਮੇਰੇ 2 ਸਾਲ ਹੋ ਗਏ ਹੁਣ ਪੂਰੇ ਹੋ ਗਏ ਲੇਕਿਨ ਉਹਨੇ ਮੇਰੇ ਫਾਦਰ ਨੇ ਮੇਰੀ ਮਦਰ ਨੂੰ ਚੰਨੀਏ ਕਿੱਦਾਂ ਤੂੰ ਮਤਲਬ ਇੱਦਾਂ ਜਿੱਦਾਂ ਸ਼ਾਹਰੁਖ ਖਾਨ ਸਟਾਈਲ ਸੋ ਸ਼ਾਹਰੁਖ ਖਾਨ ਤਾਂ ਬਹੁਤ ਬਾਅਦ ਆਇਆ ਮੇਰਾ ਫਾਦਰ ਤਾਂ ਪ੍ਰੀ ਸ਼ਾਹਰੁਖ ਖਾਨ ਸੋ ਆਈ ਲਰਨ ਫਰੋਮ ਦਾ ਹੋਮ ਸੋ ਇਹ ਕੰਡੀਸ਼ਨਿੰਗ ਹੁੰਦੀ ਦੂਜਾ ਸਾਨੂੰ ਨਾ ਇੱਕ ਡਰ ਹੁੰਦਾ ਇੱਕ ਇਹ ਲਫ਼ਜ਼ ਤੋਂ ਹਵਾ ਲੱਗਦਾ ਪਤਾ ਨਹੀਂ ਲੋਕ ਕੀ ਕਹਿਣਗੇ ਪਤਾ ਨਹੀਂ ਹੁਣ ਦਾੜੀ ਚਿੱਟੀ ਹੋ ਗਈ ਇਹਨੂੰ ਅਕਲ ਕਰਨੀ ਚਾਹੀਦੀ ਵਗੈਰਾ ਹੈ ਨਾ ਬਟ ਜਿਹੜੇ ਇਹਨਾਂ ਜਿਹੜੇ ਤੁਹਾਡੇ ਪਿਓਰ ਇਮੋਸ਼ਨਸ ਹੈਗੇ ਆ ਉਹ ਇਨਸਾਨ ਦੇ ਲਈ ਬਹੁਤ ਸੋਹਣਾ ਕੰਮ ਕਰ ਜਾਂਦੇ ਆ ਉਹਨਾਂ ਰਿਲੇਸ਼ਨਸ਼ਿਪ ਹੋਰ ਮਜ਼ਬੂਤ ਹੁੰਦੀ ਹੈ ਬਾਇੰਡ ਹੁੰਦੀ ਆ ਹੋਰ ਤੁਸੀਂ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਹੈ ਮਾਊਂਟ ਐਵਰੈਸਟ ਤੋਂ ਵੀ ਤਾਂ ਚਲੀ ਜਾਂਦੀ ਇਹ ਕਿਉਂਕਿ ਸਾਡੀ ਕਮਿਊਨਿਟੀ 'ਚ ਯੂ ਨੋ ਇੱਕ ਕਲਚਰਲ ਟੈਬੂਜ਼ ਆ ਕਿ ਪਬਲਿਕ ਵਿੱਚ ਆਪਣੀ ਫੀਲਿੰਗਸ ਨਾ ਐਕਸਪ੍ਰੈਸ ਕਰੋ ਜਾਂ ਬੋਲ ਕੇ ਨਾ ਐਕਸਪ੍ਰੈਸ ਕਰੋ ਆਈ ਗਰੂ ਅਪ ਇਨ ਅ ਫੈਮਿਲੀ ਜਿੱਥੇ ਕਿ ਅਸੀਂ ਐਵਰੀ ਨਾਈਟ ਮੰਮ ਐਂਡ ਡੈਡ ਨੂੰ ਹੱਗ ਕਰਕੇ ਸਵੀਟ ਡ੍ਰੀਮਸ ਕਹਿ ਕੇ ਯੂ ਨੋ ਦੈਟਸ ਹਾਊ ਵੀ ਵੈਂਟ ਟੂ ਬੈਡ ਹੁਣ ਤੁਸੀਂ ਸੋਸ਼ਲ ਮੀਡੀਆ ਪਰ ਵੀ ਯੂ ਨੋ ਪਿਕਚਰਸ ਆਫ ਯੂ ਹੱਗਿੰਗ ਯੂਰ ਮਾਲਕਨ ਬਟ ਦਿਸ ਇਜ਼ ਬਹੁਤ ਹੀ ਜ਼ਿਆਦਾ ਰਿਫਰੈਸ਼ਿੰਗ ਚੀਜ਼ ਆ ਕਿ ਹੋਰ ਲੋਕ ਵੀ ਸਿੱਖਣ ਕਿ ਸਾਨੂੰ ਕਹਿਣਾ ਚਾਹੀਦਾ ਸਾਨੂੰ ਕਰਨਾ ਚਾਹੀਦਾ ਜਸਟ ਬਿਕਾਜ਼ ਕਿਸੇ ਦੀ ਦਾੜੀ ਚਿੱਟੀ ਹੋ ਗਈ ਹੈ ਮਤਲਬ ਇਹ ਨਹੀਂ ਕਿ ਉਹ ਬੰਦਾ ਹੁਣ ਇੱਕ ਹਿਊਮਨ ਨਹੀਂ ਇੱਕ ਇੱਕ ਇਨਸਾਨ ਨਹੀਂ ਜਿਹਦੇ ਵਿੱਚ ਫੀਲਿੰਗਸ ਹੈਗੇ ਭਾਵਨਾਵਾਂ ਉਹਦੇ ਇਮੋਸ਼ਨਸ ਦੂਜਾ ਦੇਖੋ ਤੁਸੀਂ ਮਾਲਕਿਨ ਲਵਸ ਕਿਹਾ ਇਹ ਅੰਦਰੋਂ ਮੇਰੇ ਆਇਆ ਹੈ ਨਾ ਕਿਸੇ ਨੇ ਕਿਹਾ ਨਹੀਂ ਵੀ ਕਹਿਣਾ ਹੈ ਨਾ ਅੰਦਰੋਂ ਮੇਰੇ ਜ਼ਹਿਨ ਤੋਂ ਆਇਆ ਵੀ ਮੈਂ ਕਹਿਣਾ ਸੋ ਇਹ ਮੇਰੇ ਘਰ ਦੀ ਮਾਲਕਿਨ ਹੈ ਮੇਰੇ ਬੱਚਿਆਂ ਦੀ ਮੇਰੀ ਮੇਰੀ ਸਪਿਰਿਚੁਅਲ ਮੇਰੀ ਸੋਸ਼ਲ ਲਾਈਫ ਮੇਰੀ ਪੋਲੀਟੀਕਲ ਲਾਈਫ ਸਟਰਕਚਰਲ ਲਾਈਫ ਸੋ ਜਦੋਂ ਤੁਸੀਂ ਨਾ ਔਰਤ ਨੂੰ ਉਹ ਰੁਤਬਾ ਦੇ ਦਿੰਦੇ ਹੋ ਕੁਈਨ ਦਾ ਸੋ ਤੁਸੀਂ ਭਾਵੇਂ ਕਿੰਗ ਹੋਵੋ ਲੇਕਿਨ ਕੁਈਨ ਜਿਹੜੀ ਹੈਗੀ ਉਹ ਬੈਟਰ ਜਿਹੜੀ ਹੈਗੀ ਉਹ ਇਨਫਰਾਸਟਰਕਚਰ ਜਿਹੜੀ ਹੈਗੀ ਆ ਉਹ ਰਨ ਕਰਦੀ ਕਿਉਂਕਿ ਜਿਹੜੀ ਲੇਡੀ ਆ ਉਹਦੀ ਜਿਹੜੀ ਐਨਰਜੀ ਔਰ ਪਾਵਰ ਆ ਇਟਸ ਮੋਰ ਮਾਈਟੀਅਰ ਦੈਨ ਪੈਨ ਐਂਡ ਸੋਡ ਉਹ ਪਾਵਰ ਜਿਹੜੀ ਮੈਂ ਆਪਣੇ ਡੈਡੀ ਤੋਂ ਸਿੱਖੀ ਹਾਊ ਟੂ ਹਾਰਨਸ ਦੈਟ ਫੀਮੇਲ ਪਾਵਰ ਉਹੀ ਮੈਂ ਸਾਰਾ ਸਬਮਿਟ ਕਰ ਦਿੱਤਾ ਇੱਥੇ ਐਂਡ ਸ਼ੀ ਹੈਜ਼ ਮੇਡ ਮੀ ਗਰੋ ਮੋਰ ਐਂਡ ਮੋਰ ਇਨ ਈਚ ਐਂਡ ਐਵਰੀ ਡਾਇਮੈਂਸ਼ਨ ਤੁਸੀਂ ਵੀ ਦੱਸੋ ਜਦੋਂ ਤੁਹਾਨੂੰ ਯੂ ਨੋ ਸਵੇਰ ਨੂੰ ਆ ਕੇ ਹੱਗ ਕਰਦੇ ਆ ਆਪਣੀ ਮੈਡੀਸਿਨ ਲਈ ਰਾਈਟ ਆਪਣੀ ਮੈਡੀਸਿਨ ਲਈ ਆਪਣੇ ਹਾਰਟ ਲਈ ਦੋਵਾਂ ਫਿਰ ਯੂ ਨੋ ਯੂ ਫੀਲ ਗੁੱਡ ਟੂ ਕਿ ਬੰਦੇ ਦੀ ਕੰਫੀਡੈਂਸ ਵੱਧ ਜਾਂਦੀ ਆ ਇਨ ਦ ਰਿਲੇਸ਼ਨਸ਼ਿਪ ਯੂ ਨੋ ਹਾਊ ਡੂ ਯੂ ਫੀਲ ਅਬਾਊਟ ਦੈਟਸ ਟਰੂ ਤੁਸੀਂ ਕਹਿ ਰਹੇ ਹੋ ਨਾ ਜਿਵੇਂ ਕਹਿ ਰਹੇ ਕਿ ਜਿਹੜੇ ਪੁਰਾਣੇ ਜ਼ਮਾਨੇ ਸੀ ਯੂ ਸੀ ਕਿ ਬੰਦੇ ਅੱਗੇ ਤੁਰੇ ਹੁੰਦੇ ਮੀਲ ਅੱਗੇ ਫਿਰ ਲੇਡੀ ਪਿੱਛੇ ਹੁੰਦੀ ਹੈ ਹੌਲੀ ਹੌਲੀ ਆਰ ਜਨਰੇਸ਼ਨ ਥੋੜ੍ਹਾ ਡਿਫਰੈਂਟ ਹੈ ਕਿ ਅਸੀਂ ਵੀ ਅਜੇ ਵੀ ਇੰਨਾ ਯੂ ਨੋ ਹੈਂਡ ਹੋਲਡਿੰਗ ਵਗੈਰਾ ਨਹੀਂ ਹੈਗਾ ਦਾ ਨੈਕਸਟ ਜਨਰੇਸ਼ਨ ਇਜ਼ ਟੋਟਲੀ ਡਿਫਰੈਂਟ ਰਾਈਟ ਅਤੇ ਉਹ ਤਾਂ ਫਿਰ ਜਨਰੇਸ਼ਨ ਨਾਲ ਚੇਂਜ ਹੋ ਰਿਹਾ ਰਾਈਟ ਬਟ ਰਿਸਪੈਕਟ ਯੂ ਨੋ ਐਂਡ ਯਾ ਮੇਰੇ ਮਗਰ ਆਉਣਗੇ ਸਵੇਰੇ ਕਿ ਮੈਨੂੰ ਆਉਣਾ ਚਾਹੀਦਾ ਮੈਂ ਕੰਮ ਕਰਨਾ ਮੇਰਾ ਟਾਈਮ ਇਹਨਾਂ ਕਹਿਣਾ ਜ਼ਰੂਰ ਮੈਨੂੰ ਚਾਹੀਦਾ ਹਨ ਚਾਹੀਦਾ ਐਂਡ ਇਟ ਇਜ਼ ਇਮੋਸ਼ਨਲ ਥੈਰੇਪੀ ਕਦੇ ਦੇਖੋ ਨਾ ਜਦੋਂ ਫੋਟੋਜ਼ ਵਿੱਚ ਅਸੀਂ ਜਾਂਦੇ ਹਾਂ ਕਿਤੇ ਵੀ ਪਾਰਟੀ 'ਚ ਇਹਨਾਂ ਨੇ ਜਿਹੜੇ ਕਪਲਸ ਹੋਣਗੇ ਨਾ ਉਹਨਾਂ ਨੂੰ ਲਾਗੇ ਲਾਗੇ ਕਰਨਗੇ ਜਿੰਨਾ ਲਾਗੇ ਹੋ ਸਕਣ ਟੂ ਗੈਟ ਦ ਪਿਕਚਰ ਔਰ ਮੈਨੂੰ ਇੱਕ ਚੇਤਾ ਵੀ ਹੈਵ ਅ ਫਰੈਂਡ ਹੂ ਪਾਸਡ ਅਵੇ ਹੈ ਨਾ ਅਤੇ ਆਈ ਰਿਮੈਂਬਰ ਦ ਲਾਸਟ ਪਿਕਚਰ ਆਫ ਦੈਮ ਟੂ ਇਹਨਾਂ ਨੇ ਜ਼ਬਰਦਸਤੀ ਦੋਵਾਂ ਨੂੰ ਇਕੱਠਿਆਂ ਬਿਠਾਇਆ ਸੀ ਇਟ ਵਾਸ ਲਾਈਕ ਪੀਪਲ ਅਜੇ ਵੀ ਲੋਕ ਅਲੱਗ ਹੋਣਗੇ ਫੋਟੋ ਖਿਚਾਉਣ ਵੇਲੇ ਵੀ ਦੂਰ ਦੂਰ ਰਹਿਣਗੇ ਇਹਨੇ ਕਹਿਣਾ ਕਿ ਤੁਸੀਂ ਨਾ ਅੱਗੇ ਇੱਕ ਦੂਜੇ ਨਾਲ ਹੋ ਜਿੱਦਾਂ ਮੈਂ ਜਦੋਂ ਮੇਰੇ ਤੋਂ ਲੋਕ ਫੋਟੋ ਖਿਚਾਉਂਦੇ ਨਾ ਇੰਨਾ ਗੈਪ ਹੁੰਦਾ ਮੈਂ ਕਹਿੰਦਾ ਐਟਲੀਸਟ ਸ਼ੋਲਡਰ ਤਾਂ ਲਾ ਲਓ ਨਹੀਂ ਤਾਂ ਸਿਰ ਤੋਂ ਸਿਰ ਤੋਂ ਟੱਚ ਕਰ ਲਓ ਐਂਡ ਵਾਂਸ ਆਈ ਗਿਵ ਦੈਮ ਦ ਪਿਕਚਰ ਉਹ ਇੰਨਾ ਐਪਰੀਸ਼ੀਏਟ ਕਰਦੇ ਆ ਐਂਡ ਦੈਨ ਉਹਨਾਂ ਦੀ ਰਿਲੇਸ਼ਨਸ਼ਿਪ ਵੀ ਮਜ਼ਬੂਤ ਹੁੰਦੀ ਸੋ ਵਧਦੀ ਹੈ ਇਹ ਇਕੱਲਾ ਸਾਡਾ ਜਿੱਦਾਂ ਇਮੋਸ਼ਨਲ ਅਤੇ ਮੈਂਟਲ ਐਕਸਪੀਰੀਅੰਸ ਨਹੀਂ ਇਹਦੇ ਐਕਚੁਲੀ ਬਾਇਓਲੋਜੀਕਲ ਬੇਸਿਸ ਆ ਤੁਸੀਂ ਕਿਹਾ ਸੇਰੋਟੋਨਿਨ ਰਿਲੀਜ਼ ਹੁੰਦੀ ਆ ਵਧੀਆ ਫੀਲਿੰਗਸ ਹੁੰਦੀਆਂ ਸੋ ਸਾਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਹੋਪ ਕਿ ਜਿਹੜਾ ਸਾਡਾ ਅੱਜ ਆਡੀਅੰਸ ਵੀ ਸੁਣਦਾ ਆ ਇਕੱਲਾ ਤੁਹਾਡਾ ਐਗਜ਼ਾਮਪਲ ਲੈ ਕੇ ਨਹੀਂ ਜਸਟ ਈਵਨ ਯੂਰ ਲਵ ਫੋਰ ਯੂਰ ਸਪਾਊਸ ਯੂਰ ਕਿਡਸ ਕਿਆ ਕਰੋ 3 ਸਿੰਪਲ ਵਰਡਸ ਆਈ ਲਵ ਯੂ ਜੱਫੀ ਪਾਇਆ ਕਰੋ ਗੁੱਡ ਫੀਲਿੰਗਸ ਲਿਆ ਕਰੋ ਸੋ ਯੂ ਨੋ ਹੁਣ ਜਾਣ ਵਿੱਚ ਬਿੱਲੇ ਮੈਂ ਤੁਹਾਨੂੰ ਇੱਕ ਸਵਾਲ ਦੇ ਨਾਲ ਸਾਨੂੰ ਤੁਸੀਂ ਜਵਾਬ ਦੇਣਾ ਆ ਕਿ ਐਡਵਾਈਸ ਫੋਰ ਯੰਗ ਕਪਲਸ ਬਿਲਕੁਲ ਰਾਈਟ ਨਾਓ ਇਮਪੇਸ਼ੈਂਟਸ ਕਾਫੀ ਹੈਗਾ ਹਾਂਜੀ ਰਾਈਟ
ਕੰਪਰਮਾਈਜ਼ ਨਹੀਂ ਹੈਗੀ ਹਾਂਜੀ ਇਸ ਈਜ਼ੀ ਵੇ ਟੂ ਗੈਟ ਆਊਟ ਕਿ ਡਿਵੋਰਸ ਕਰਕੇ ਬਾਹਰ ਨਿਕਲ ਜਾਓ ਹਾਂਜੀ ਸੋ ਇਹ ਜ਼ਰੂਰੀ ਹੈ ਕਿ ਸਾਨੂੰ ਮੈਰਿਜ ਅਫਕੋਰਸ ਲੱਗਦਾ ਸਾਰਾ ਹੈਪੀ ਬਟ ਇਟਸ ਨੋਟ ਹੈਪੀ ਜਦੋਂ ਡੇਟਿੰਗ ਹੁੰਦੀ ਹੈ ਇਸ ਡਿਫਰੈਂਟ ਥਿੰਗ ਰਾਈਟ ਸੋ ਜਦੋਂ ਮੈਰਿਜ ਹੁੰਦੀ ਹੈ ਇਸ ਲੋਟ ਅਬਾਊਟ ਕਿ ਕੰਪਰਮਾਈਜ਼ ਕਰੋ ਪੇਸ਼ੈਂਸ ਰੱਖੋ ਇੱਕ ਦੂਜੇ ਦੀ ਰਿਸਪੋਂਸੀਬਿਲਟੀਜ਼ ਨੋ ਵਿਚ ਇਜ਼ ਵਿਚ ਰਾਈਟ ਕਿ ਸੋ ਤੁਸੀਂ ਬਜਾਏ ਪਿਕਿੰਗ ਕਿ ਨੈਗੇਟਿਵ ਚੂਜ਼ ਉਹਨਾਂ ਦੇ ਇੱਕ ਦੂਜੇ ਦੇ ਕਰੋ ਪੋਜ਼ਿਟਿਵ ਚੂਜ਼ ਕਰੋ ਦੋਵਾਂ ਨੂੰ ਰੂਮ ਟੂ ਗਰੋ Right? That's very good advice. Right. So right? compromise, yeah. be patient, yeah. look for the best in your partner. When jande vele main tuhade naal quick fire game khelni aa. Tusi soch rahe ni jadon main tuhanu puchna hai tusi ek lafz de naal mainu jawab dena hai. All right? So Dr. Bhurji ji. good jindagi di sab to buri habit. Buri habit edi eh hai ki bhi eh jive thoda ja one word cut express karti jitna main express karda. Bijinder ji. ਤੁਹਾਡੇ ਦੋਨਾਂ ਵਿੱਚੋਂ ਬੈਟਰ ਕੁੱਕ ਕੌਣ ਆ ਖਾਣਾ ਮੈਂ ਯੂ ਓਕੇ ਯੂ ਕੋਰ ਦੇ ਹੱਥ ਨਹੀਂ ਤੇ ਚਾਹ ਓਏ ਚਾਹ ਬਣਾਉਣ ਵਾਲੇ ਹੀਸ ਵੈਰੀ ਗੁੱਡ ਚਾਹ ਮੈਂ ਵਧੀਆ ਬਣਾ ਸਕਦਾ ਓਕੇ ਆ ਡਾਕਟਰ ਜੀ ਤੁਹਾਡਾ ਸਭ ਤੋਂ ਫੇਵਰਿਟ ਕੈਰੇਕਟਰਿਸਟਿਕ ਕੀ ਆ ਵਿਜਿੰਦਰ ਜੀ ਦਾ ਇਹਦਾ ਸਭ ਤੋਂ ਫੇਵਰਿਟ ਕੈਰੇਕਟਰਿਸਟਿਕ ਇਹਦਾ ਇਹ ਹੈਗਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਵਿਲ ਪਾਵਰ ਔਰ ਸਟਰੋਂਗ ਕਮਿਟਮੈਂਟ ਹੈਗੇ ਵਾਓ ਵਿਜਿੰਦਰ ਜੀ ਤੁਹਾਡੇ ਦੋਨਾਂ ਵਿੱਚੋਂ ਸਟਾਈਲਿਸ਼ ਕੌਣ ਆ ਜ਼ਿਆਦਾ ਹੁਣ ਤੇ ਇਹ ਹੋ ਗਏ ਨੇ ਇਹਨਾਂ ਨੇ ਤਾਂ ਪਹਿਲਾਂ ਤਾਂ ਮੈਂ ਨਹੀਂ ਕਿਸੇ ਹੁਣ ਤਾਂ ਮੈਂ ਹਾਰ ਗਈ ਡਾਕਟਰ ਜੀ ਤੁਹਾਡੇ ਦੋਨਾਂ ਵਿੱਚ ਸਭ ਤੋਂ ਜ਼ਿਆਦਾ ਟਾਈਮ ਕੌਣ ਲਾਉਂਦਾ ਤਿਆਰ ਹੋਣੇ ਵਾਸਤੇ ਮੈਡਮ ਜੀ ਮੈਂ ਤੁਹਾਡੇ ਸਾਹਮਣੇ ਦੇਖ ਲਓ ਅੱਧੇ ਕੁ ਮਿੰਟ ਚ ਤੁਹਾਡੇ ਦੋਨਾਂ ਵਿੱਚ ਬੋਲਦਾ ਕੌਣ ਜ਼ਿਆਦਾ ਆ ਆਈ ਟੋਟਲੀ ਐਕਸੈਪਟ ਆਈ ਐਮ ਅ ਲਿਸਨਰ ਓਕੇ ਡਾਕਟਰ ਜੀ ਘੜਾੜੇ ਕੌਣ ਜ਼ਿਆਦਾ ਮਾਰਦਾ ਬਿਲਕੁਲ ਮੈਂ ਬਿਲਕੁਲ ਮੈਂ ਕਈ ਵਾਰ ਮੇਰੇ ਬਰੂਜ਼ ਹੋਏ ਹੁੰਦੇ ਲੱਤਾਂ ਖਾ ਖਾ ਕੇ ਰਾਤ ਨੂੰ ਓਏ ਗਿਰਜਿੰਦਰ ਜੀ ਸ਼ੀਸ਼ੇ ਵਿੱਚ ਜ਼ਿਆਦਾ ਕੌਣ ਦੇਖ ਰਿਹਾ ਆ ਕੋਈ ਨਹੀਂ ਤੁਹਾਨੂੰ ਨੋਮਾ ਚੁ ਰੀਲੀ ਅਸੀਂ ਮਤਲਬ ਬਹੁਤ ਬਰੀਫਲੀ ਮਾਰੇ ਜੇ ਦੇਖੇ ਓਕੇ ਨਾਟ ਬੈਡ ਐਂਡ ਲਾਸਟ ਬਟ ਨਾਟ ਲੀਸਟ ਤੁਸੀਂ ਗਿਰਜਿੰਦਰ ਜੀ ਦੇ ਬਾਰੇ ਸਭ ਤੋਂ ਜ਼ਿਆਦਾ ਚੀਜ਼ ਕਿਹੜੀ ਹੈ ਜਿਹੜੀ ਤੁਸੀਂ ਪਸੰਦ ਕਰਦੇ ਆ ਇਹਦਾ ਜਿਹੜਾ ਮੇਰੇ ਲਈ ਅਨਕੰਡੀਸ਼ਨਲ ਲਵ ਔਰ ਇਸ਼ਕ ਐਂਡ ਗਿਰਜਿੰਦਰ ਜੀ ਵਾਟ ਡੂ ਯੂ ਲਵ ਦ ਮੋਸਟ ਅਬਾਊਟ ਹਿਮ ਦ ਸੇਮ ਹੀ ਇਜ਼ ਵੈਰੀ ਪੇਸ਼ੈਂਟ ਰਾਈਟ ਐਂਡ ਇਹ ਮੈਨੂੰ ਕਾਫੀ ਕੁਝ ਸਿਖਾ ਦਿੰਦੇ ਆ ਜੋ ਮੈਨੂੰ ਨਹੀਂ ਆਉਂਦਾ ਇੰਨਾ ਕੁਛ ਸਾਡਾ ਦੋਵਾਂ ਦਾ ਸੁਭਾਅ ਡਿਫਰੈਂਟ ਸੀ ਪਹਿਲੇ ਮੈਂ ਕੀਰਤਨ ਕਰਦੀ ਹੁੰਦੀ ਸੀ ਇਹ ਬਾਲੀਵੁੱਡ ਸੀਗੇ ਹੁਣ ਇਹ ਕੀਰਤਨ ਬਾਲੀਵੁੱਡ ਵਾਲੇ ਹੋ ਗਏ ਥੋੜੇ ਜਿਹੇ ਬਾਲੀਵੁੱਡ ਹੈਗੇ ਆ ਸੇਜ ਹੈਗੇ ਬਹੁਤ ਜ਼ਿਆਦਾ ਸੋ ਥੈਂਕ ਯੂ ਸੋ ਮਚ ਤੁਹਾਡੇ ਦੋਨਾਂ ਦਾ ਕਿ ਤੁਸੀਂ ਅੱਜ ਆਏ ਸਾਡੇ ਨਾਲ ਆਪਣੀ ਸਟੋਰੀ ਸ਼ੇਅਰ ਕੀਤੀ ਐਂਡ ਹੋਪਫੁਲੀ ਯੂ نو ਤੁਹਾਡੀ ਸਟੋਰੀ ਦਾ ਐਗਜ਼ਾਮਪਲ ਦੇ ਕੇ ਹੋਰ ਵੀ ਕਪਲਸ ਜਿਹੜੇ ਹੈਗੇ ਆ ਉਹ ਵੀ ਸਿੱਖੂਗੇ ਕਿ ਇਹ ਜਿਹੜੇ ਤਿੰਨ ਲਵਜ਼ ਆ ਆਈ ਲਵ ਯੂ ਹਾਊ ਇੰਪੋਰਟੈਂਟ ਦੇ ਆਰ ਸੋ ਦੈਟ ਵਾਸ ਡਾਕਟਰ ਪੁਰਜੀ ਐਂਡ ਹਿਸ ਬਿਊਟੀਫੁਲ ਵਾਈਫ ਗੁਰਜਿੰਦਰ ਪੁਰਜੀ ਤੁਸੀਂ ਵੀ ਸਾਰੇ ਯੂ ਨੋ ਡਰੋ ਨਾ ਇੱਕ ਦੂਜੇ ਨੂੰ ਦੱਸੋ ਕਿ ਤੁਸੀਂ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਹਾਂ ਆਈ ਲਵ ਯੂ ਕਹਿ ਕੇ ਦੇਖੋ ਅਤੇ ਦੇਖੋ ਉਹਦੇ ਉੱਪਰ ਇਹਦਾ ਕਿੰਨਾ ਪੋਜ਼ਿਟਿਵ ਇਫੈਕਟ ਤੁਹਾਡੇ ਰਿਲੇਸ਼ਨਸ਼ਿਪ ਦੇ ਉੱਤੇ ਹੁੰਦਾ ਆ ਵੀ ਰਾਈਟ ਬੈਕ